ਸਤਿ ਸ਼੍ਰੀ ਅਕਾਲ, ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਬਠਿੰਡਾ ਦੇ ਸਰਕਾਰੀ ਕਾਲਜ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਧਰਨਾ ਦਿੱਤਾ ਗਿਆ ਅਤੇ ਇਸਦਾ ਮੁੱਖ ਕਾਰਨ ਕੀ ਹੈ ਇਹ ਵੀ ਤੁਹਾਨੂੰ ਦੱਸਦਾ। ਦਰਅਸਲ ਬਠਿੰਡਾ ਦੇ ਵਿੱਚ ਜਿਹੜੇ ਬਠਿੰਡਾ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਇੱਕ ਨੋਟਿਸ ਲਗਾਇਆ ਗਿਆ ਕਿ ਜਿਹੜੇ ਵਿਦਿਆਰਥੀ ਨੇ ਉਹ 10 ਵਜੇ ਤੋਂ ਬਾਅਦ ਜਿਹੜੇ ਆਉਂਦੇ ਨੇ ਉਹਨਾਂ ਨੂੰ ਫਿਰ ਐਂਟਰੀ ਪਾਉਣੀ ਪਵੇਗੀ। ਯਾਨੀ ਕਿ ਇੱਥੇ ਜਿਹੜਾ ਕਿਹਾ ਗਿਆ ਕਿ 10 ਤੋਂ ਲੈ ਕੇ 2 ਵਜੇ ਤੱਕ ਕਾਲਜ ਦਾ ਗੇਟ ਬੰਦ ਹੋਵੇਗਾ। ਹਾਲਾਂਕਿ ਜੇਕਰ ਕੋਈ ਵਿਦਿਆਰਥੀ ਲੇਟ ਆਉਂਦਾ ਹੈ ਤਾਂ ਉਹ ਐਂਟਰੀ ਪਾ ਕੇ ਕਾਲਜ ਦੇ ਵਿੱਚ ਦਾਖਲ ਹੋ ਸਕਦਾ। ਪਰ ਇਸੇ ਨੂੰ ਲੈ ਕੇ ਕਈ ਵਿਦਿਆਰਥੀਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ, ਤਾਂ ਉਸ ਬਾਬਤ ਪ੍ਰਿੰਸੀਪਲ ਦਾ ਹੋਰ ਕੀ ਕੁਝ ਕਹਿਣਾ, ਆਓ ਜਾਣਦੇ ਹਾਂ। ਪੰਜਾਬ ਸਟੂਡੈਂਟਸ ਯੂਨੀਅਨ ਦਾ ਜ਼ਿਲ੍ਹਾ ਬਠਿੰਡੇ ਦਾ ਆਗੂ ਹਾਂ ਜੀ ਮੈਂ। ਅੱਜ ਇੱਥੇ ਵਿਦਿਆਰਥੀਆਂ ਦਾ ਧਰਨਾ ਜਿਹੜਾ ਚੱਲ ਰਿਹਾ ਹੈ, ਇਹ ਇਸ ਕਰਕੇ ਚੱਲ ਰਿਹਾ ਕਿਉਂਕਿ ਕੱਲ੍ਹ ਸਾਡੇ ਪ੍ਰਿੰਸੀਪਲ ਡਾਕਟਰ ਜੋਤ ਸਿੰਘਾ ਸਿੰਗਲਾ ਵੱਲੋਂ ਕਾਲਜ ਦੇ ਗੇਟ ਉੱਪਰ ਇੱਕ ਨੋਟਿਸ ਲਗਾਇਆ ਗਿਆ ਸੀ ਜਿਹਦਾ ਕਿ ਕਿਸੇ ਵਿਦਿਆਰਥੀ ਨੂੰ ਵੀ ਪਤਾ ਨਹੀਂ ਹੈਗਾ ਲੱਗਿਆ। ਉਹਦੇ 'ਚ ਇਹ ਲਿਖਿਆ ਗਿਆ ਕਿ 9:45 ਤੋਂ ਬਾਅਦ ਕਾਲਜ ਦਾ ਜਿਹੜਾ ਗੇਟ ਆ ਉਹ ਬੰਦ ਰਹੂਗਾ, ਕਿਸੇ ਵਿਦਿਆਰਥੀ ਨੂੰ ਐਂਟਰੀ ਨਹੀਂ ਮਿਲੇਗੀ। ਸਾਡੇ ਵਿਦਿਆਰਥੀ ਜਿਹੜੇ ਕੋਈ ਕੰਮ ਕਾਰ ਕਰਦਾ, ਕੋਈ ਰਾਤ ਨੂੰ ਡਿਊਟੀਆਂ ਕਰਦਾ, ਕੋਈ ਦੂਰੋਂ ਆਉਂਦਾ, ਡੱਬਵਾਲੀ ਤੋਂ ਆਉਂਦਾ, ਫਰੀਦਕੋਟ ਤੋਂ ਆਉਂਦਾ, ਬਰਨਾਲਿਓਂ ਆਉਂਦਾ, ਤਾਂ ਇਹ ਵਿਦਿਆਰਥੀ ਘਰਾਂ ਦੇ ਕੰਮ ਕਾਰ ਨਿਬੇੜ ਕੇ ਰੋਡਵੇਜ਼ ਦੇ ਚੱਕਰਾਂ 'ਚ ਬਹੁਤ ਲੇਟ ਹੋ ਜਾਂਦੇ ਆ ਕਾਲਜ ਆਉਂਦੇ। ਤਾਂ ਇਸ ਤਰ੍ਹਾਂ ਜਿਹੜਾ ਇਹ ਫੈਸਲਾ ਲਿਆ ਗਿਆ ਪ੍ਰਿੰਸੀਪਲ ਦਾ, ਪਹਿਲੀ ਗੱਲ ਤਾਂ ਇਹ ਵਿਦਿਆਰਥੀਆਂ ਨਾਲ ਇਹ ਜਾ ਦਿੱਤੀ ਆ, ਦੂਸਰਾ ਇਹ ਜਿਹੜਾ ਫੈਸਲਾ ਇਹ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਹੈ, ਕਿਉਂਕਿ ਨਾ ਤਾਂ UGC ਇਹ ਗੱਲ ਕਹਿੰਦੀ ਆ, ਕਿਉਂਕਿ ਜਦੋਂ ਯੂਨੀਵਰਸਿਟੀ ਜਾਂਦੇ ਹਾਂ ਅਸੀਂ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਂਦੇ ਹਾਂ, GNDU ਜਾਂਦੇ ਹਾਂ, 24 ਘੰਟੇ ਉਹਦਾ ਗੇਟ ਆ ਜਿਹੜਾ ਉਹ ਖੁੱਲ੍ਹਿਆ ਰਹਿੰਦਾ ਵਿਦਿਆਰਥੀਆਂ ਲਈ। ਕਦੇ ਵੀ ਯੂਨੀਵਰਸਿਟੀਆਂ ਦੇ ਵਿੱਦਿਅਕ ਸੰਸਥਾਵਾਂ ਦੇ ਜਿਹੜੇ ਗੇਟ ਆ ਉਹ ਕਦੇ ਬੰਦ ਨਹੀਂ ਹੁੰਦੇ ਗੇ। ਇਸ ਕਰਕੇ ਅਸੀਂ ਇਹ ਤਾਂ ਮੰਨ ਸਕਦੇ ਕਿ ਆਊਟਸਾਈਡਰਾਂ ਦੀ ਚੈਕਿੰਗ ਕਰਕੇ ਤੁਸੀਂ ਫੇਰ ਲੰਘਣ ਦਿਓ, ਆਊਟਸਾਈਡਰ ਤਾਂ ਲੰਘੀ ਜਾਂਦੇ ਰਹਿੰਦੇ ਆ, ਵਿਦਿਆਰਥੀ ਅੱਜ ਬਾਹਰ ਖੜੇ ਆ, ਕੀ ਕਰਨਗੇ ਵਿਦਿਆਰਥੀ ਫਿਰ ਕੰਧਾਂ ਡੱਪ ਕੇ ਜਾਣ ਅੰਦਰ। ਇਸ ਕਰਕੇ ਮੈਡਮ ਜਿਹੜਾ ਇਹ ਫੈਸਲਾ ਲਿਆਏਗਾ ਇਹ ਗੈਰ ਵਾਜਬ ਆ। ਕੋਈ UGC ਦੇ ਨਿਯਮ ਨਹੀਂ ਕਹਿੰਦੇ ਕਿ ਜਿਹੜਾ ਗੇਟ ਬੰਦ ਕਰੋ 10 ਵਜੇ ਤੋਂ ਪਹਿਲਾਂ, ਜਾਂ ਇਹ ਨਹੀਂ ਕਹਿੰਦੇ ਯੂਨੀਵਰਸਿਟੀ ਦੀ ਕੋਈ ਰੂਲ ਬੁੱਕ ਨਹੀਂ ਇਹ ਕਹਿੰਦੀ ਕਿ ਗੇਟ ਬੰਦ ਕਰੋ। ਮੈਡਮ ਆਪਦੇ ਵੱਲੋਂ ਹੀ ਆਪਦੇ ਹੀ ਰੂਲ ਜਿਹੜੇ ਬਣਾ ਕੇ ਉਹ ਵਿਦਿਆਰਥੀਆਂ ਦੇ ਉੱਤੇ ਥੋਪ ਲਾ ਰਹੇ ਕਿ ਟਾਈਮ ਦਾ ਪਾਬੰਦ ਹੋ ਜਾਏ, ਸਟੂਡੈਂਟ ਟਾਈਮ ਤੇ ਰਹਿਣ, ਲੈਕਚਰ ਟਾਈਮ ਤੇ ਲੱਗਣ ਸਹੀ ਕੀਤਾ ਗਿਆ, ਤੁਸੀਂ ਇਤਰਾਜ਼ ਕਿਉਂ ਕਰਦੇ ਹੈਗੇ? ਸਾਨੂੰ ਇਤਰਾਜ਼ ਹੈ ਜੀ ਵਿਦਿਆਰਥੀਆਂ ਨੂੰ ਇੱਥੇ ਖੱਜਲ ਖੁਆਰ ਕਰਨ, ਇਹ ਨਹੀਂ ਹੈ ਕਿਉਂ ਨਹੀਂ ਉਸਨੂੰ ਪੁੱਛੋ, ਸਕੂਲ ਵੀ ਟਾਈਮ ਤੇ ਲੱਗਦੇ ਆ, ਕਾਲਜ ਵੀ ਟਾਈਮ ਤੇ ਲੱਗਣ, ਤੁਹਾਨੂੰ ਇਤਰਾਜ਼ ਕਿਉਂ ਕਰਦੇ ਹੈਗੇ? ਸਕੂਲ ਜੀ ਦੇਖੋ ਵਿਦਿਆਰਥੀ ਬਹੁਤ ਦੂਰੋਂ ਦੂਰੋਂ, ਘਰਾਂ ਦੇ ਹੋਰ ਵੀ ਕਿੰਨੇ ਕੰਮ ਹੁੰਦੇ, ਮੈਂ ਪਹਿਲਾਂ ਵੀ ਗੱਲ ਕੀਤੀ, ਸਾਡੇ ਕਈ ਵਿਦਿਆਰਥੀ ਆਪਦੇ ਫੀਸਾਂ ਦਾ ਅਰੇਂਜਮੈਂਟ ਕਰਨ ਲਈ, ਆਪਦੇ ਕਿਰਾਏ ਭਾੜੇ ਦਾ ਅਰੇਂਜਮੈਂਟ ਕਰਨ ਲਈ ਜਿਹੜੇ ਗਰੀਬ ਘਰਾਂ 'ਚ ਆਉਂਦੇ ਆ ਉਹ ਦਿਹਾੜੀਆਂ ਕਰਦੇ ਆ, ਰਾਤਾਂ ਨੂੰ ਜਿਹੜਾ ਕੰਮ 'ਤੇ ਜਾਂਦੇ ਹੈਗੇ, ਕੋਈ ਜਿਹੜਾ ਹੈਗਾ ਉਹ ਜਿਹੜਾ ਬੋਰੀਆਂ ਢੋਣ 'ਤੇ ਜਾਂਦਾ ਹੈਗਾ, ਕੋਈ ਉਹ ਜਿਹੜਾ ਲੋਡਿੰਗ ਕਰਦੇ ਹੁੰਦੇ ਆ ਉਹ ਕੰਮ 'ਤੇ ਜਾਂਦਾ ਹੈਗਾ, ਤਾਂ ਇਸ ਤਰ੍ਹਾਂ ਦੇ ਕੰਮ ਕਰਦੇ ਵਿਦਿਆਰਥੀ ਹੈਗੇ ਆ। ਬਹੁਤ ਵਿਦਿਆਰਥੀ ਲੇਟ ਵੀ ਹੋ ਜਾਂਦੇ ਆ, ਪਹਿਲੀ ਗੱਲ ਤਾਂ ਇਹ ਆ, ਦੂਜਾ ਜਦੋਂ ਕੋਈ ਰੂਲ ਹੀ ਨਹੀਂ ਹੈਗਾ ਜੀ ਕਿਉਂ ਐਵੇਂ ਤੁਸੀਂ ਗੇਟ ਬੰਦ ਕਰਨਾ, ਵਿੱਦਿਅਕ ਸੰਸਥਾਵਾਂ ਦਾ ਗੇਟ ਬੰਦ ਕਰਨਾ ਤਾਂ ਵੈਸੇ ਹੀ ਜਾਇਜ਼ ਨਹੀਂ ਹੈਗਾ ਹੈਗਾ, ਤਾਂ ਇਸ ਕਰਕੇ ਅਸੀਂ ਇਸ ਨੂੰ ਨਜਾਇਜ਼ ਮੰਨਦੇ ਹਾਂ। ਮੈਡਮ ਆਪਦੇ ਵੱਲੋਂ ਕੋਈ ਵੀ ਫੈਸਲਾ ਬਣਾ ਕੇ ਲਾਗੂ ਕਰ ਦਿੰਦੇ ਆ ਜੋ ਕਿ ਠੀਕ ਨਹੀਂ ਹੁੰਦਾ ਹੈਗਾ। ਆਹ ਵਿਦਿਆਰਥੀ ਬਾਹਰ ਧੁੱਪੇ ਸੜ ਰਹੇ ਆ, ਮੈਡਮ ਨੇ ਘੱਟੋ ਘੱਟ ਸਾਨੂੰ 1.5 ਘੰਟੇ ਤੋਂ ਉੱਪਰ ਸਮਾਂ ਹੋ ਗਿਆ, ਅਸੀਂ ਗੇਟ 'ਚ ਬੈਠੇ ਹਾਂ, ਫਿਰ ਅਸੀਂ ਵੇਖਦੇ ਹਾਂ ਜੀ, ਗਿਣਤੀ ਵਧਾਵਾਂਗੇ, ਫਿਰ ਪ੍ਰਿੰਸੀਪਲ ਨੂੰ ਨਹੀਂ ਬਾਹਰ ਆਉਣ ਦੇਵਾਂਗੇ। ਮੈਂ ਡਾਕਟਰ ਜੋਤ ਸਿੰਘਾ, ਪ੍ਰਿੰਸੀਪਲ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ। ਇਹਦਾ ਕਾਰਨ ਇਹ ਹੈ ਜੀ, ਕੱਲ ਕਿਉਂਕਿ ਕਾਲਜ ਹੁਣ ਸਾਡਾ ਪ੍ਰੋਪਰ ਸ਼ੁਰੂ ਹੋ ਚੁੱਕਿਆ ਹੈ, ਤਾਂ ਕੱਲ ਅਸੀਂ ਇੱਕ ਨੋਟਿਸ ਲਗਾਇਆ ਸੀ ਕਿ ਕਾਲਜ ਦਾ ਜਿਹੜਾ ਐਂਟਰੀ ਗੇਟ ਹੈ ਉਹ ਸੁਬਹਾ 9:45 ਤੋਂ ਲੈ ਕੇ ਅਤੇ ਦੁਪਹਿਰੇ 2 ਵਜੇ ਤੱਕ ਬੰਦ ਰਹੇਗਾ, ਕਿਉਂਕਿ ਬੱਚਿਆਂ ਦੇ ਜਿਹੜੇ ਹੈਗੇ ਹੈ ਫਸਟ ਪੀਰੀਅਡ ਜਾਂ ਤਾਂ ਬੱਚੇ ਆ ਜਾਂਦੇ ਆ ਜਾਂ ਸੈਕਿੰਡ ਪੀਰੀਅਡ ਤੱਕ ਬੱਚੇ ਆ ਜਾਂਦੇ ਆ, ਸੈਕਿੰਡ ਪੀਰੀਅਡ 9:40 'ਤੇ ਸ਼ੁਰੂ ਹੁੰਦਾ,
ਤਾਂ ਉਸ ਤੋਂ ਬਾਅਦ ਤਾਂ ਕੋਈ ਇਹ ਨਹੀਂ ਹੈਗਾ ਕਿ ਕੋਈ ਬੱਚੇ ਦਾ ਤੀਜੇ ਪੀਰੀਅਡ ਤੋਂ ਹੀ ਟਾਈਮ ਟੇਬਲ ਸ਼ੁਰੂ ਹੁੰਦਾ ਹੋਈ, ਤਾਂ ਇਸ ਕਰਕੇ ਸਾਨੂੰ ਇਹ ਸੀਗਾ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਕਾਇਮ ਰੱਖਣ ਦੇ ਲਈ, ਕਿਉਂਕਿ ਨਵੇਂ ਬੱਚੇ ਹਨ ਉਹਨਾਂ ਦਾ ਜਿਹੜਾ ਹੈ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਜਾਂ ਜਿਸ ਤਰ੍ਹਾਂ ਵੀ ਜੋ ਵੀ ਅਨੁਸ਼ਾਸਨ ਕਾਇਮ ਕਰਨਾ ਹੈ ਉਹ ਇੱਕ ਜਿਹੜਾ ਸੰਸਥਾ ਦਾ ਮੁਖੀ ਹੁੰਦਾ ਉਸਦੀ ਇਹ ਡਿਊਟੀ ਹੁੰਦੀ ਹੈ। ਤਾਂ ਇਸ ਦੇ ਮੱਦੇਨਜ਼ਰ ਅਸੀਂ ਇਹ ਗੇਟ ਦੇ ਜਿਹੜੇ ਹੈਗੇ ਆ ਟਾਈਮਿੰਗਸ ਰੱਖੇ ਸੀਗੇ, ਪਰ ਇਸ ਦੇ ਨਾਲ ਅਸੀਂ ਇੰਨੀ ਫਲੈਕਸੀਬਿਲਿਟੀ ਦਿੱਤੀ ਸੀ ਕਿ ਜੇ ਕੋਈ ਬੱਚਾ ਲੇਟ ਆਉਂਦਾ ਹੈ ਤਾਂ ਉੱਥੇ ਐਂਟਰੀ ਰਜਿਸਟਰ ਲਗਾਇਆ ਹੋਇਆ ਜਿਹੜੇ ਕਿ ਸਾਡੇ ਗੇਟ ਦੇ ਉੱਪਰ ਸਿਕਿਉਰਿਟੀ ਵਾਲੇ ਹਨ, ਉਹਨਾਂ ਦੇ ਕੋਲ ਉਹ ਐਂਟਰੀ ਪਾਵੇ ਆਪਣੀ ਔਰ ਆਪਣੀ ਉਹ ਕਾਲਜ ਦੇ ਵਿੱਚ ਆ ਜਾਏ। ਨਹੀਂ ਜੀ, ਮੈਨੂੰ ਹੋਰ ਨਹੀਂ ਪਤਾ ਹੈਗਾ, ਪ੍ਰਾਈਵੇਟ ਕਾਲਜਿਸ 'ਚ ਤਾਂ ਹੈ ਹੀ ਹੈ ਗੇਟ ਬੰਦ ਹੁੰਦੇ ਹਨ, ਤਾਂ ਇਹ ਸਾਡਾ ਕੋਈ ਮਕਸਦ ਵਿਦਿਆਰਥੀਆਂ ਨੂੰ ਤੰਗ ਕਰਨ ਦਾ ਨਹੀਂ ਹੈ, ਸਿਰਫ ਇਹ ਹੈ ਕਿ ਕਾਲਜ ਦੇ ਵਿੱਚ ਅਨੁਸ਼ਾਸਨ ਦਾ ਮਾਹੌਲ ਜਿਹੜਾ ਹੈ ਬਣਾਇਆ ਜਾ ਸਕੇ, ਕਿਉਂਕਿ ਕਾਲਜ ਬਿਲਕੁਲ ਸ਼ਹਿਰ ਦੇ ਸੈਂਟਰ ਦੇ ਵਿੱਚ ਹੈ, ਤਾਂ ਇਸ ਕਰਕੇ ਜੇ ਅਸੀਂ ਗੇਟ ਖੁੱਲ੍ਹਾ ਛੱਡਦੇ ਹਾਂ ਕੋਈ ਮਰਜ਼ੀ ਆਈ ਜਾਏ ਕੋਈ ਮਰਜ਼ੀ ਜਾਈ ਜਾਏ, ਆਊਟਸਾਈਡਰਸ ਦੀ ਵੀ ਬੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਜਿਹੜੇ ਕਿ ਕਈ ਵਾਰੀ ਆ ਕੇ ਬੱਚਿਆਂ ਨੂੰ ਧਮਕਾਉਂਦੇ ਵੀ ਹਨ, ਫਿਰ ਲੜਾਈਆਂ ਦਾ ਵੀ ਸਬਬ ਬਣਦਾ ਹੈ, ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਹੈ ਅਸੀਂ ਇਹ ਕਦਮ ਚੁੱਕਿਆ। ਉਹਨਾਂ ਦਾ ਅਸੀਂ ਇੰਤਜ਼ਾਮ ਕੀਤਾ ਸੀ, ਅਸੀਂ ਪਿਛਲੇ ਸਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕਾਲਜ ਦੀ ਜਿਹੜੀ ਚਾਰ ਦੀਵਾਰੀ ਹੈ ਉਹਦੇ ਉੱਪਰ ਅਸੀਂ ਕੰਡਿਆਲੀ ਤਾਰ ਲਗਾਈ, ਔਰ ਉਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਰੋਕਣ ਦੇ ਵਿੱਚ ਅਸੀਂ ਜਿਹੜੇ ਕਿ ਦੀਵਾਰਾਂ ਟੱਪ ਕੇ ਆਉਂਦੇ ਸੀ ਅਸੀਂ ਕਾਫੀ ਹੱਦ ਤੱਕ ਜਿਹੜੇ ਹੈ ਕਾਮਯਾਬ ਹੋਏ। ਹਾਂਜੀ, ਉਹਨਾਂ ਨੂੰ ਅਸੀਂ ਫਲੈਕਸੀਬਿਲਿਟੀ ਦਿੱਤੀ ਹੈ ਕਿ ਕਾਲਜ ਦੇ ਉੱਪਰ ਐਂਟਰੀ ਗੇਟ ਦੇ ਉੱਪਰ ਇੱਕ ਐਂਟਰੀ ਰਜਿਸਟਰ ਪਿਆ ਹੋਇਆ, ਬੱਚਾ ਆਵੇ ਉਹਦੇ ਵਿੱਚ ਆਪਣੀ ਐਂਟਰੀ ਪਾਵੇ ਆਉਣ ਦਾ ਟਾਈਮ, ਔਰ ਉਹ ਕਾਲਜ ਦੇ ਵਿੱਚ ਆ ਸਕਦਾ ਹੈ ਆਪਣਾ ਕਲਾਸ ਔਰ ਆਪਣਾ ਰੋਲ ਨੰਬਰ ਲਿਖ ਕੇ ਉਹਦੇ ਵਿੱਚ, ਔਰ ਉਸਨੂੰ ਅਸੀਂ ਸਿਕਿਉਰਿਟੀ ਗਾਰਡਸ ਨੂੰ ਹਿਦਾਇਤ ਹੈ ਕਿ ਇਸ ਤਰ੍ਹਾਂ ਦੇ ਕਾਲਜ ਦਾ ਕੋਈ ਵੀ ਵਿਦਿਆਰਥੀ ਜਿਹੜਾ ਹੈ ਜੇ ਉਹ ਲੇਟ ਵੀ ਆਉਂਦਾ ਹੈ ਤਾਂ ਉਹਨੂੰ ਕਾਲਜ ਦੇ ਅੰਦਰ ਆਉਣ ਤੋਂ ਰੋਕਿਆ ਨਾ ਜਾਵੇ, ਉਸ ਦੇ ਵਾਸਤੇ ਅਸੀਂ ਇੱਕ ਇਹ ਤਰੀਕਾ ਲੱਭਿਆ ਹੈ ਕਿ ਉਹ ਬੱਚਾ ਐਂਟਰੀ ਪਾ ਕੇ ਆ ਜਾਵੇ ਆਪਣੀ।